ਕਾਲੇਧਨ ਨੂੰ ਤੇ ਰੋਕ ਲਗਾਉਣ ਲਈ ਨੋਟਬੰਦੀ ਵਰਗਾ ਸਖਤ ਕਦਮ ਚੁੱਕਣ ਤੋਂ ਬਾਅਦ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਨਿਸ਼ਾਨੇ ਉੱਤੇ ਹੁਣ ਬੇਨਾਮੀ ਪ੍ਰਾਪਰਟੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰੈਵਨਿਊ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਵਿੱਚ ਆਪਰੇਸ਼ਨ ਕਲੀਨ ਮਨੀ ਬਾਰੇ ਜਾਣਕਾਰੀ ਦਿੱਤੀ ਹੈ। ਸੂਤਰਾਂ ਅਨੁਸਾਰ ਪੀਐਮ ਮੋਦੀ ਨੇ ਬੇਨਾਮੀ ਪ੍ਰਾਪਰਟੀ ਉੱਤੇ ਐਕਸ਼ਨ ਲੈਣ ਦਾ ਹੁਕਮ ਦਿੱਤਾ ਹੈ। ਬੈਠਕ ਵਿੱਚ ਪੀਐਮ ਮੋਦੀ ਨੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਬੇਨਾਮੀ ਪ੍ਰਾਪਰਟੀ ਰੱਖਣ ਵਾਲਿਆਂ ਵਿਰੁੱਧ ਕਾਰਵਾਈ ਤੇਜ਼ ਕਰਨ ਨੂੰ ਆਖਿਆ। ਸਰਕਾਰੀ ਸੂਤਰਾਂ ਅਨੁਸਾਰ ਮੋਦੀ ਨੇ ਆਖਿਆ ਕਿ ਈ ਅਸੈਸਮੈਂਟ ਜਲਦੀ ਤੋਂ ਜਲਦੀ ਲਾਗੂ ਹੋਣੀ ਚਾਹੀਦੀ ਹੈ ਤਾਂ ਜੋ ਘੱਟੋ ਘੱਟ ਦਖਲ ਅੰਦਾਜ਼ੀ ਹੋਵੇ। ਅਸੈਸਮੈਂਟ ਕੰਪਿਊਟਰਾਈਜ਼ ਹੋਣੀ ਚਾਹੀਦੀ ਹੈ। ਉਹਨਾਂ ਆਖਿਆ ਕਿ ਟੈਕਸ ਦੇ ਦਾਇਰੇ ਵਿੱਚ ਹੋਰ ਲੋਕ ਆਉਣ ਤਾਂ ਜੋ ਟੈਕਸ ਦਾ ਆਧਾਰ ਵਧਾਇਆ ਜਾ ਸਕੇ। ਮੋਦੀ ਨੇ ਬੀਤੇ ਦਿਨ ਵਿੱਤ ਮੰਤਰਾਲੇ ਵੱਲੋਂ ਵਸੂਲ ਅਤੇ ਸੇਵਾ ਟੈਕਸ ਨੂੰ ਲਾਗੂ ਕਰਨ ਨੂੰ ਲੈ ਕੇ ਕੀਤੀਆਂ ਗਈਆਂ ਤਿਆਰੀਆਂ ਅਤੇ ਨੋਟਬੰਦੀ ਤੋਂ ਬਾਅਦ ਕਾਲੇ ਧਨ ਵਿਰੁੱਧ ਅਭਿਆਨ ਦੀ ਸਮੀਖਿਆ ਕੀਤੀ।